ਦੋਸਤੋ ਕੀ ਤੁਹਾਡੀ ਜ਼ਿੰਦਗੀ 'ਚ ਕਦੇ ਅਜਿਹਾ ਹੋਇਆ ਹੈ ਕਿ ਤੁਹਾਨੂੰ ਕਿਸੇ ਨੇ ਕੋਈ ਕਮੈਂਟ ਪਾਸ ਕਰਤਾ ਹੋਵੇ, ਤੁਹਾਡੇ ਬਾਰੇ ਕੋਈ ਸਟੇਟਮੈਂਟ ਦੇ ਦਿੱਤੀ ਹੋਵੇ ਅਤੇ ਤੁਸੀਂ ਉਸ ਸਟੇਟਮੈਂਟ ਉਸ ਕਮੈਂਟ ਕਰਕੇ ਦੁਖੀ ਹੋਏ ਹੋਵੋ? ਅਗਰ ਅਜਿਹਾ ਕਦੇ ਵੀ ਤੁਹਾਡੇ ਨਾਲ ਹੋਇਆ ਹੈ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੀ ਹੈ, ਇਸ ਲਈ ਇਸ ਵੀਡੀਓ ਨੂੰ ਪੂਰਾ ਦੇਖਣਾ। ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਬਾਰੇ ਗੱਲ ਕਰਾਂਗੇ ਕਿ ਜਦ ਕੋਈ ਤੁਹਾਡੇ ਬਾਰੇ ਕੋਈ ਕਮੈਂਟ ਪਾਸ ਕਰ ਦੇਵੇ ਤਾਂ ਉਸਦੇ ਨਾਲ ਕਿਵੇਂ ਡੀਲ ਕਰੀਏ। ਇਸ ਚੀਜ਼ ਨੂੰ ਸਮਝਣ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ। ਇੱਕ ਵਾਰ ਦੋ ਦੋਸਤ ਬੈਠੇ ਹੁੰਦੇ ਹਨ ਅਤੇ ਇੱਕ ਦੋਸਤ ਕਾਫੀ ਉਦਾਸ ਹੁੰਦਾ। ਦੂਸਰਾ ਉਸਨੂੰ ਪੁੱਛਦਾ ਕਿ ਯਾਰ ਕੀ ਗੱਲ ਹੋ ਗਈ, ਤੂੰ ਉਦਾਸ ਕਾਹਤੋਂ ਏ? ਉਸ ਦੋਸਤ ਨੇ ਕਿਹਾ ਕਿ ਯਾਰ ਮੈਂ ਕੁਝ ਵੀ ਕਰਨਾ ਚਾਹੁੰਦਾ, ਮੇਰੇ ਘਰ ਦੇ ਮੈਨੂੰ ਕਰਨ ਨਹੀਂ ਦਿੰਦੇ। ਮੈਂ ਜੋ ਵੀ ਕਰਨ ਦੀ ਇੱਛਾ ਜ਼ਾਹਿਰ ਕਰਦਾ ਉਹ ਮੈਨੂੰ ਪਹਿਲਾਂ ਹੀ ਕਹਿ ਦਿੰਦੇ ਆ ਕਿ ਤੂੰ ਆ ਨਹੀਂ ਕਰ ਸਕਦਾ। ਸਿਰਫ ਮੇਰੇ ਘਰ ਦੇ ਹੀ ਨਹੀਂ, ਮੇਰੇ ਦੋਸਤ, ਮੇਰੇ ਆਲੇ ਦੁਆਲੇ ਦੇ ਰਿਸ਼ਤੇਦਾਰ ਵੀ ਸਦਾ ਮੇਰੇ ਬਾਰੇ ਕੰਡੀਸ਼ਨਾਂ ਲਗਾਉਂਦੇ ਰਹਿੰਦੇ ਨੇ ਅਤੇ ਮੇਰੀ ਕਾਬਲੀਅਤ 'ਤੇ ਸ਼ੱਕ ਕਰਦੇ ਹੋਏ ਸਦਾ ਇਹੀ ਕਹਿੰਦੇ ਨੇ ਕਿ ਤੂੰ ਇਹ ਨਹੀਂ ਕਰ ਸਕਦਾ। ਪਹਿਲੇ ਦੋਸਤ ਨੇ ਕਿਹਾ ਕਿ ਯਾਰ ਇਹ ਤੇਰੀ ਇਕੱਲੇ ਦੀ ਪ੍ਰੋਬਲਮ ਨਹੀਂ, ਇਹ ਸਾਰਿਆਂ ਨਾਲ ਹੋ ਰਿਹਾ ਏ, ਮੇਰੇ ਨਾਲ ਵੀ ਹੋ ਰਿਹਾ ਏ। ਚੱਲ ਆਪਾਂ ਇਹ ਕਰਦੇ ਹਾਂ, ਪਿੰਡ ਦੇ ਸਭ ਤੋਂ ਸਿਆਣੇ ਬੰਦੇ ਕੋਲ ਜਾਂਦੇ ਹਾਂ ਅਤੇ ਉਸ ਤੋਂ ਪੁੱਛਦੇ ਹਾਂ ਕਿ ਇਸ ਤਰ੍ਹਾਂ ਦੀ ਮੁਸ਼ਕਲ ਦਾ ਹੱਲ ਕੀ ਹੁੰਦਾ ਏ। ਉਹ ਦੋਨੋਂ ਹੀ ਪਿੰਡ ਦੇ ਸਿਆਣੇ ਬਜ਼ੁਰਗ ਵਿਅਕਤੀ ਕੋਲ ਗਏ ਅਤੇ ਉਹਨਾਂ ਨੇ ਜਾ ਕੇ ਉਸ ਸਿਆਣੇ ਬਜ਼ੁਰਗ ਵਿਅਕਤੀ ਨੂੰ ਪੁੱਛਿਆ ਕਿ ਸਾਡੇ ਨਾਲ ਇਹ ਚੀਜ਼ ਹੋ ਰਹੀ ਹੈ ਅਤੇ ਅਸੀਂ ਕੀ ਕਰੀਏ। ਬਜ਼ੁਰਗ ਵਿਅਕਤੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੀ ਮੁਸ਼ਕਲ ਦਾ ਹੱਲ ਮੇਰੇ ਕੋਲ ਹੈ, ਮੈਂ ਇਸ ਮੁਸ਼ਕਲ ਦਾ ਹੱਲ ਤੁਹਾਨੂੰ ਦੱਸਾਂਗਾ, ਪਰ ਉਸ ਤੋਂ ਪਹਿਲਾਂ ਤੁਹਾਨੂੰ ਮੇਰੀ ਇੱਕ ਮਦਦ ਕਰਨੀ ਪਵੇਗੀ। ਮੈਂ ਇੱਕ ਬੁਝਾਰਤ ਦੇ ਵਿੱਚ ਉਲਝਿਆ ਹੋਇਆ ਹਾਂ ਅਤੇ ਮੈਂ ਚਾਹੁੰਦਾ ਕਿ ਤੁਸੀਂ ਉਸ ਦੇ ਵਿੱਚ ਮੇਰੀ ਮਦਦ ਕਰੋ। ਉਹ ਦੋਵੇਂ ਦੋਸਤ ਕਹਿੰਦੇ ਕਿ ਠੀਕ ਆ, ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ। ਬਜ਼ੁਰਗ ਵਿਅਕਤੀ ਨੇ ਉਹਨਾਂ ਦੋਵਾਂ ਨੂੰ ਇੱਕ ਇੱਕ ਗਲਾਸ ਦੇ ਕੇ ਕਿਹਾ ਕਿ ਇਹ ਗਲਾਸ ਲੈ ਕੇ ਜਾਓ ਅਤੇ ਪਿੰਡ ਦਾ ਜਿਹੜਾ ਛੱਪੜ ਆ ਉਸ ਦੇ ਵਿੱਚ ਦੇਖ ਕੇ ਆਓ ਕਿੰਨਾ ਪਾਣੀ ਹੈ। ਦੋਵੇਂ ਦੋਸਤ ਹੈਰਾਨ ਹੋਏ ਪਹਿਲਾਂ ਤਾਂ ਇਹ ਸੁਣ ਕੇ, ਪਰ ਫਿਰ ਉਹਨਾਂ ਨੇ ਕਿਹਾ ਕਿ ਚੱਲ ਆਪਣਾ ਕੀ ਜਾਂਦਾ, ਦੇਖਿਆ ਹੋਣੇ ਆ। ਉਹ ਦੋਨੋਂ ਛੱਪੜ ਕੋਲ ਗਏ, ਉਹਨਾਂ ਨੇ ਪਾਣੀ ਦਾ ਗਲਾਸ ਭਰ ਕੇ ਦੇਖਿਆ ਅਤੇ ਅੰਦਾਜ਼ਾ ਲਗਾਇਆ ਕਿ ਅਗਰ ਇੱਕ ਗਲਾਸ ਦੇ ਵਿੱਚ ਇੰਨਾ ਪਾਣੀ ਆਉਂਦਾ ਤਾਂ ਪੂਰੇ ਛੱਪੜ ਦਾ ਪਾਣੀ ਲਗਭਗ 8 ਤੋਂ 10 ਲੱਖ ਗਲਾਸਾਂ ਦੇ ਵਿੱਚ ਆਊਗਾ। ਉਹ ਦੋਵੇਂ ਵਾਪਸ ਆਏ ਅਤੇ ਉਹਨਾਂ ਨੇ ਆ ਕੇ ਉਸ ਬਜ਼ੁਰਗ ਵਿਅਕਤੀ ਨੂੰ ਦੱਸਿਆ ਕਿ ਪੂਰਾ ਪਾਣੀ ਅਗਰ ਆਪਾਂ ਗਲਾਸਾਂ ਦੇ ਵਿੱਚ ਮਿਣੀਏ ਤਾਂ ਲਗਭਗ 8 ਲੱਖ ਤੋਂ 10 ਲੱਖ ਗਲਾਸ ਪਾਣੀ ਦੇ ਭਰ ਜਾਣਗੇ। ਫਿਰ ਬਜ਼ੁਰਗ ਵਿਅਕਤੀ ਨੇ ਕਿਹਾ ਠੀਕ ਹੈ। ਬਜ਼ੁਰਗ ਵਿਅਕਤੀ ਨੇ ਫਿਰ ਉਹਨਾਂ ਨੂੰ ਇੱਕ ਇੱਕ ਜੱਗ ਦੇ ਕੇ ਭੇਜਿਆ ਅਤੇ ਕਿਹਾ ਕਿ ਹੁਣ ਫਿਰ ਮਿਣ ਕੇ ਆਓ ਕਿ ਕਿੰਨਾ ਪਾਣੀ ਹੋਊਗਾ ਉਸ ਛੱਪੜ ਦੇ ਵਿੱਚ। ਉਹ ਦੋਵੇਂ ਦੋਸਤ ਗਏ ਅਤੇ ਉਹਨਾਂ ਨੇ ਜਾ ਕੇ ਇੱਕ ਜੱਗ ਦੇ ਵਿੱਚ ਪਾਣੀ ਪਾ ਕੇ ਦੇਖਿਆ ਅਤੇ ਫਿਰ ਅੰਦਾਜ਼ਾ ਲਗਾਇਆ ਕਿ ਛੱਪੜ ਦੇ ਵਿੱਚ ਲਗਭਗ 5 ਤੋਂ 6 ਲੱਖ ਜੱਗ ਪਾਣੀ ਦੇ ਹੋਣਗੇ। ਉਹ ਦੋਵੇਂ ਵਾਪਸ ਆਏ, ਉਹਨਾਂ ਨੇ ਬਜ਼ੁਰਗ ਨੂੰ ਦੱਸਿਆ। ਬਜ਼ੁਰਗ ਵਿਅਕਤੀ ਨੇ ਫਿਰ ਉਹਨਾਂ ਨੂੰ ਇੱਕ ਇੱਕ ਬਾਲਟੀ ਦਿੰਦੇ ਹੋਏ ਕਿਹਾ ਕਿ ਜਾਓ ਹੁਣ ਫਿਰ ਮਿਣ ਕੇ ਆਓ ਕਿ ਉਸ ਛੱਪੜ ਦੇ ਵਿੱਚ ਕਿੰਨਾ ਪਾਣੀ ਹੈ। ਪਹਿਲਾਂ ਤਾਂ ਦੋਵੇਂ ਦੋਸਤ ਬੜੇ ਹੈਰਾਨ ਹੋਏ ਕਿ ਬਜ਼ੁਰਗ ਵਿਅਕਤੀ ਕਰ ਕੀ ਰਹੇ ਨੇ, ਇਹ ਸ਼ਾਇਦ ਸਾਨੂੰ ਮੂਰਖ ਬਣਾ ਰਹੇ ਨੇ, ਇਹਨਾਂ ਕੋਲ ਸਾਡੇ ਸਵਾਲ ਦਾ ਕੋਈ ਵੀ ਹੱਲ ਨਹੀਂ। ਪਰ ਫਿਰ ਉਹਨਾਂ ਨੇ ਆਖਿਆ ਕਿ ਚੱਲ ਯਾਰ ਜਿੱਥੇ 2 ਗੇੜੇ ਲਾਏ ਨੇ ਤੀਜੇ ਗੇੜੇ ਨਾਲ ਕੀ ਹੋ ਜਾਊਗਾ, ਇਸ ਲਈ ਉਹ ਦੋਨੋਂ ਫਿਰ ਚਲੇ ਗਏ। ਛੱਪੜ ਕੋਲ ਜਾ ਕੇ ਉਹਨਾਂ ਨੇ ਫਿਰ ਇੱਕ ਪਾਣੀ ਦੀ ਬਾਲਟੀ ਭਰੀ ਅਤੇ ਅੰਦਾਜ਼ਾ ਲਗਾਇਆ ਕਿ ਇੱਕ ਬਾਲਟੀ ਦੇ ਵਿੱਚ ਅਗਰ ਇੰਨਾ ਪਾਣੀ ਆਉਂਦਾ ਤਾਂ ਪੂਰੇ ਛੱਪੜ ਦਾ ਪਾਣੀ ਲਗਭਗ 2 ਤੋਂ 3 ਲੱਖ ਬਾਲਟੀਆਂ ਦੇ ਵਿੱਚ ਸਮਾਊਗਾ। ਤਾਂ ਉਹਨਾਂ ਨੇ ਫਿਰ ਆ ਕੇ ਅੰਦਾਜ਼ਾ ਉਸ ਬਜ਼ੁਰਗ ਵਿਅਕਤੀ ਨੂੰ ਦੱਸਿਆ। ਫਿਰ ਬਜ਼ੁਰਗ ਵਿਅਕਤੀ ਨੇ ਕਿਹਾ ਕਿ ਚਲੋ ਹੁਣ ਮੈਂ ਤੁਹਾਡਾ ਕੋਈ ਗੇੜਾ ਨਹੀਂ ਲਗਾਉਂਦਾ, ਆ ਇੱਕ ਮੇਰੇ ਕੋਲ ਟੱਬ ਪਿਆ ਹੈ, ਅੰਦਾਜ਼ਾ ਲਾ ਕੇ ਦੱਸੋ ਕਿ ਇਹੋ ਜਿਹੇ ਕਿੰਨੇ ਟੱਬ ਉਸ ਛੱਪੜ ਦੇ ਵਿੱਚੋਂ ਭਰ ਜਾਣਗੇ। ਦੋਵੇਂ ਦੋਸਤਾਂ ਨੇ ਟੱਬ ਵੱਲ ਦੇਖਿਆ ਅਤੇ ਫਿਰ ਅੰਦਾਜ਼ਾ ਲਗਾ ਕੇ ਦੱਸਿਆ ਕਿ ਲਗਭਗ 1 ਲੱਖ ਤੋਂ 1.5 ਲੱਖ ਟੱਬ ਪਾਣੀ ਦੇ ਉਸ ਛੱਪੜ ਵਿੱਚ ਹੋਣਗੇ। ਫਿਰ ਬਜ਼ੁਰਗ ਵਿਅਕਤੀ ਨੇ ਪੁੱਛਿਆ ਕਿ ਤੁਸੀਂ ਸਮਝ ਗਏ, ਜਿਹੜਾ ਤੁਹਾਡਾ ਸਵਾਲ ਸੀ ਉਸਦਾ ਜਵਾਬ ਤੁਹਾਨੂੰ ਮਿਲ ਗਿਆ? ਦੋਵੇਂ ਦੋਸਤ ਪਰੇਸ਼ਾਨ ਹੋਏ ਕਿ ਆਖਿਰਕਾਰ ਇਹ ਕਰੀ ਕੀ ਜਾਂਦੇ ਨੇ, ਸਾਡਾ ਸਵਾਲ ਤਾਂ ਬਿਲਕੁਲ ਹੀ ਵੱਖਰਾ ਸੀ ਅਤੇ ਇਹ ਛੱਪੜ ਦੇ ਪਾਣੀ ਦਾ ਅੰਦਾਜ਼ਾ ਲਗਵਾ ਕੇ ਹੀ ਕਹੀ ਜਾਂਦੇ ਨੇ ਕਿ ਸਾਨੂੰ ਸਾਡੀ ਮੁਸ਼ਕਲ ਦਾ ਜਵਾਬ ਮਿਲ ਜਾਣਾ ਚਾਹੀਦਾ। ਦੋਵੇਂ ਦੋਸਤਾਂ ਨੇ ਕਿਹਾ ਕਿ ਮਾਫ ਕਰਨਾ, ਅਸੀਂ ਕੁਝ ਸਮਝੇ ਨਹੀਂ। ਤਾਂ ਬਜ਼ੁਰਗ ਵਿਅਕਤੀ ਨੇ ਅੱਗੋਂ ਕਿਹਾ ਕਿ ਜਿਸ ਤਰ੍ਹਾਂ ਛੱਪੜ ਦਾ ਪਾਣੀ ਪਹਿਲੇ ਕੇਸ ਤੋਂ ਲੈ ਕੇ ਆਖਰੀ ਕੇਸ ਤੱਕ ਇੱਕੋ ਜਿਹਾ ਹੀ ਸੀ, ਉਨਾ ਹੀ ਸੀ, ਛੱਪੜ ਦਾ ਪਾਣੀ ਬਿਲਕੁਲ ਵੀ ਨਹੀਂ ਬਦਲਿਆ, ਪਰ ਤੁਹਾਡੇ ਅੰਦਾਜ਼ੇ ਬਦਲਦੇ ਗਏ। ਜਿੰਨੀ ਕੁ ਤੁਹਾਡੇ ਕੋਲ ਕਾਬਲੀਅਤ ਸੀ, ਜਿੰਨੀ ਕੁ ਤੁਹਾਡੇ ਕੋਲ ਹੱਥ 'ਚ ਫੜੇ ਭਾਂਡੇ ਦੀ ਕਪੈਸਿਟੀ ਸੀ, ਤੁਸੀਂ ਉਸ ਹਿਸਾਬ ਨਾਲ ਉਸ ਛੱਪੜ ਦੇ ਪਾਣੀ ਦਾ ਅੰਦਾਜ਼ਾ ਲਗਾ ਲਿਆ। ਫਿਰ ਜਿਵੇਂ ਜਿਵੇਂ ਤੁਹਾਡੇ ਹੱਥ ਦੇ ਵਿੱਚ ਭਾਂਡੇ ਬਦਲਦੇ ਗਏ, ਤੁਹਾਡੇ ਅੰਦਾਜ਼ੇ ਵੀ ਬਦਲਦੇ ਗਏ। ਉਸ ਬਜ਼ੁਰਗ ਵਿਅਕਤੀ ਨੇ ਬਹੁਤ ਪਿਆਰ ਨਾਲ ਕਿਹਾ ਕਿ ਪਿਆਰੇ ਬੱਚਿਓ, ਜ਼ਿੰਦਗੀ 'ਚ ਕਦੇ ਵੀ ਉਦਾਸ ਨਾ ਹੋਇਆ ਕਰੋ। ਜਦ ਕੋਈ ਤੁਹਾਡੇ ਬਾਰੇ ਕੋਈ ਸਟੇਟਮੈਂਟ ਦਿੰਦਾ, ਜੱਜਮੈਂਟ ਦਿੰਦਾ ਜਾਂ ਕੋਈ ਕਮੈਂਟ ਪਾਸ ਕਰਦਾ ਤਾਂ ਉਸ 'ਤੇ ਪਰੇਸ਼ਾਨ ਨਾ ਹੋਇਆ ਕਰੋ। ਸਾਹਮਣੇ ਵਾਲਾ ਆਪਦੇ ਦਿਮਾਗ ਦੇ ਭਾਂਡੇ ਦੀ ਹੈਸੀਅਤ ਦੇ ਹਿਸਾਬ ਨਾਲ, ਉਸਦੇ ਦਿਮਾਗ ਦੇ ਭਾਂਡੇ ਦੀ ਕਾਬਲੀਅਤ ਦੇ ਹਿਸਾਬ ਨਾਲ ਹੀ ਤੁਹਾਡੇ 'ਤੇ ਕਮੈਂਟ ਕਰਦਾ। ਜਿਹਦੇ ਦਿਮਾਗ ਦਾ ਭਾਂਡਾ ਛੋਟਾ ਏ ਉਸਦਾ ਕਮੈਂਟ, ਉਸਦੀ ਸੋਚ ਵੀ ਛੋਟੀ ਹੁੰਦੀ ਏ, ਅਤੇ ਜਿਹਦੇ ਦਿਮਾਗ ਦਾ ਭਾਂਡਾ ਖੁਦਾ ਵੱਡਾ ਏ ਉਹ ਕਦੇ ਵੀ ਕਿਸੇ 'ਤੇ ਕਦੇ ਮਾੜਾ ਕਮੈਂਟ ਨਹੀਂ ਕਰਦਾ। ਇਸ ਲਈ ਲੋਕ ਤੁਹਾਡੀ ਕੀ ਕੀਮਤ ਲਾਉਂਦੇ ਆ
ਇਹ ਉਹਨਾਂ ਦੀ ਆਪਣੀ ਔਕਾਤ ਕਿੰਨੀ ਆ ਉਸ 'ਤੇ ਨਿਰਭਰ ਕਰਦਾ। ਜ਼ਿੰਦਗੀ 'ਚ ਜੋ ਕਾਮਯਾਬ ਹੋਇਆ ਹੁੰਦਾ ਹੈ ਉਸਨੂੰ ਪਤਾ ਹੁੰਦਾ ਹੈ ਕਿ ਫੇਲੀਅਰ ਵੀ ਆਉਣੀ ਹੀ ਆਉਣੀ ਹੈ, ਇਸ ਲਈ ਉਹ ਸਦਾ ਇਹ ਕਹਿੰਦਾ ਕਿ ਤੂੰ ਕਾਮਯਾਬ ਪੱਕਾ ਹੋਵੇਗਾ। ਅਤੇ ਜ਼ਿੰਦਗੀ 'ਚ ਜਿਸ ਨੇ ਖੁਦ ਕੋਈ ਕੰਮ ਨਹੀਂ ਕਰਿਆ ਹੁੰਦਾ, ਜੋ ਖੁਦ ਫੇਲ ਹੋਇਆ ਹੁੰਦਾ ਹਰ ਥਾਂ 'ਤੇ, ਉਹ ਦੂਸਰਿਆਂ ਨੂੰ ਵੀ ਇਹੀ ਕਹਿੰਦਾ ਕਿ ਇਹ ਨਾਮੁਮਕਿਨ ਹੈ, ਇਹ ਨਹੀਂ ਹੋ ਸਕਦਾ, ਤੂੰ ਫੇਲ ਹੋਵੇਗਾ। ਇਸ ਲਈ ਲੋਕਾਂ ਦੇ ਕਮੈਂਟ 'ਤੇ, ਲੋਕਾਂ ਦੇ ਜੱਜਮੈਂਟ 'ਤੇ ਨਾ ਜਾਓ, ਆਪਣੀ ਕੀਮਤ ਨੂੰ, ਆਪਣੀ ਕਾਬਲੀਅਤ ਨੂੰ ਖੁਦ ਪਹਿਚਾਣੋ। ਦੋਵੇਂ ਦੋਸਤਾਂ ਨੂੰ ਹੁਣ ਸਮਝ ਆਈ ਕਿ ਬਜ਼ੁਰਗ ਉਹਨਾਂ ਨੂੰ ਕੀ ਸਮਝਾਉਣਾ ਚਾਹੁੰਦੇ ਸੀ। ਦੋਵੇਂ ਬਜ਼ੁਰਗ ਦਾ ਦਿੱਤਾ ਮੈਸੇਜ ਸਮਝ ਗਏ ਅਤੇ ਆਪਣੇ ਆਪਣੇ ਘਰ ਚਲੇ ਗਏ। ਦੋਸਤੋ, ਇਸੇ ਤਰ੍ਹਾਂ ਜ਼ਿੰਦਗੀ 'ਚ ਤੁਸੀਂ ਵੀ ਕਿਸੇ ਦੇ ਕਮੈਂਟਸ ਦੇ ਕਰਕੇ ਦੁਖੀ ਨਾ ਹੋਇਆ ਕਰੋ। ਜ਼ਿੰਦਗੀ 'ਚ ਆਪਣੇ ਆਪ ਨੂੰ ਪਹਿਚਾਣੋ, ਤੁਸੀਂ ਅੰਦਰੋਂ ਕੀ ਹੋ, ਤੁਸੀਂ ਅਸਲ ਵਿੱਚ ਕੌਣ ਹੋ, ਇਹ ਗੱਲ ਨੂੰ ਪਹਿਚਾਣ ਲਓ ਮੇਰੇ ਪਿਆਰੇ ਦੋਸਤੋ, ਤੁਸੀਂ ਜ਼ਿੰਦਗੀ 'ਚ ਕਾਮਯਾਬ ਜ਼ਰੂਰ ਹੋਵੋਗੇ। ਤੁਸੀਂ ਸੁਣ ਰਹੇ ਸੀ ਦੋਸਤੋ ਜਗਮੀਤ ਸਿੰਘ ਹਠੂਰ ਨੂੰ YouTube ਚੈਨਲ ਕਲਮ ਪੰਜਾਬੀ ਤੋਂ। ਅਗਰ ਤੁਹਾਨੂੰ ਇਹ ਕਹਾਣੀ, ਇਹ ਮੈਸੇਜ ਵਧੀਆ ਲੱਗਿਆ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ, ਤਾਂ ਕਿ ਤੁਹਾਡੇ ਦੋਸਤ, ਤੁਹਾਡੇ ਪਰਿਵਾਰਕ ਮੈਂਬਰ ਇਸ ਗੱਲ ਨੂੰ ਸਮਝ ਸਕਣ ਕਿ ਖੁਦ ਦੀ ਅਹਿਮੀਅਤ ਸਮਝਣਾ ਕਿੰਨਾ ਜ਼ਰੂਰੀ ਹੈ। ਦੋਸਤੋ, ਤੁਹਾਨੂੰ ਅਗਰ ਇਹ ਕਹਾਣੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਆਪਣੇ ਵਿਚਾਰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਤਾਂ ਕਿ ਮੇਰਾ ਹੌਸਲਾ ਵਧੇ ਅਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵਧੀਆ ਕਹਾਣੀਆਂ ਮਿਲਦੀਆਂ ਰਹਿਣ। ਅਤੇ ਦੋਸਤੋ, ਇਸੇ ਨਾਲ ਮੈਂ ਅੱਜ ਚਾਹਾਂਗਾ ਇਜਾਜ਼ਤ, ਮੈਨੂੰ ਦਿਓ ਇਜਾਜ਼ਤ, ਅਲਵਿਦਾ, ਸਤਿ ਸ਼੍ਰੀ ਅਕਾਲ। ਅਗਰ ਤੁਸੀਂ ਹਾਲੇ ਤੱਕ ਚੈਨਲ ਕਲਮ ਪੰਜਾਬੀ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਲਾਲ ਰੰਗ ਦੇ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਅੱਗੇ ਬਣੀ ਹੋਈ ਘੰਟੀ ਨੂੰ ਜ਼ਰੂਰ ਦਬਾਉਣਾ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ।